ਸ਼ਹੀਦੀ ਸਮਾਗਮ ਦੀ ਹਾਜ਼ਰੀ ਭਰਦੇ ਹੋਏ ਗੁਰੂ ਪਿਆਰੇ ਖਾਲਸਾ ਜੀ, ਸਰਬੱਤ ਮਾਈ ਪਾਈ ਅੱਜ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹੋ। ਸਰਬੱਤ ਮਾਈ ਪਾਈ ਸਾਡੀ ਔਰ ਆਪਣੀ ਹਾਜ਼ਰੀ ਲਵਾਉਂਦੇ ਹੋਏ ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਅੱਜ ਸੰਘਰਸ਼ ਚੱਲ ਰਿਹਾ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨੇ ਜੋ ਕਿ ਸਿੱਖ ਕੌਮ ਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਹੈ, ਸ਼ਹੀਦੀ ਦਾ ਮਾਰਗ ਦਰਸਾਇਆ, ਉਹਨਾਂ ਲੀਹਾਂ ਉੱਤੇ ਚੱਲਦਿਆਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਲੋੜ ਪੈਣ ਤੇ ਦਸਮ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਨੇ ਆਪਣੇ ਚਾਰ ਪੁੱਤਰਾਂ ਨੂੰ ਟਰਨ ਬਾਈ ਟਰਨ ਸ਼ਹੀਦੀ ਦਾ ਬਾਟਾ ਛਕਾਇਆ ਔਰ ਹੱਸ ਹੱਸ ਕੇ ਦੋਨੋਂ ਰਣ ਮੈਦਾਨ ਵਿੱਚ ਤੋੜਿਆ ਔਰ ਦੋਨੋਂ ਸਰਹੰਦ ਦੀਆਂ ਦੀਵਾਰਾਂ ਵਿੱਚ ਚੜਵਾ ਦਿੱਤਾ ਹੈ। ਸਮੇਂ ਸਮੇਂ ਅਨੁਸਾਰ ਸਿੱਖਾਂ ਨੇ ਵੀ ਘੱਟ ਨਹੀਂ ਕੀਤੀ। ਜੇ ਕਿਤੇ ਬਾਬੇ ਮਨੀ ਸਿੰਘ ਨੇ ਬੰਦ ਬੰਦ ਕਟਵਾਏ, ਮੌਜੂਦਾ ਸਮੇਂ ਵਿੱਚ ਭਾਈ ਕੁਲਵੰਤ ਸਿੰਘ ਜੀ ਨਾਗੋਕਾ ਆਇਆ ਨੇ, ਉਦੋਂ ਕੋਈ ਕੁਰਬਾਨੀ ਘੱਟ ਨਹੀਂ ਕੀਤੀ। ਅਜੋਕੇ ਸਮੇਂ ਵਿੱਚ ਜੋ ਸੰਘਰਸ਼ ਚੱਲ ਰਿਹਾ ਹੈ, ਸਿੱਖ ਕੌਮ ਬੜੀ ਮਾਰਸ਼ਲ ਕੌਮ ਹੈ। ਅਗਰ ਕੋਈ ਸਰਕਾਰ, ਇੱਥੇ ਬਹੁਤ ਸਰਕਾਰਾਂ ਆਈਆਂ, ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ, ਪਰ ਸਿੱਖ ਕੌਮ ਐਸੀ ਕੌਮ ਹੈ ਕਿ ਜਿਵੇਂ ਗੇਂਦ ਨੂੰ ਧਰਤੀ ਦੇ ਨਾਲ ਵੱਟ ਕੇ ਜਿੰਨਾ ਮਾਰੋ ਉਹਨਾਂ ਤਾਂ ਵਰਤਦੀ ਹੈ। ਸਿੱਖ ਕੌਮ ਉੱਤੇ ਜਿੰਨਾ ਵੀ ਅਤਿਆਚਾਰ ਹੋਵੇ, ਜਿੰਨਾ ਵੀ ਤਸ਼ੱਦਦ ਕਰਦੀਆਂ ਰਹੀਆਂ ਕੌਮਾਂ ਸਰਕਾਰਾਂ ਇਸ ਕੌਮ ਉੱਤੇ, ਇਹ ਕੌਮ ਉਹਨਾਂ ਹੀ ਚੜ੍ਹਦੀ ਕਲਾ ਵਿੱਚ ਗਈ। ਪਰ ਜਿੱਦੀ ਮਾਰਸ਼ਲ ਕੌਮ ਹੈ, ਓਡੇ ਬਹੁਤੇ ਵੱਡੇ ਇਹਦੇ ਵਿੱਚ ਗਦਾਰ ਨੇ। ਕਦੇ ਕਿਸੇ ਸਿੰਘ ਨੂੰ ਘੇਰਾ ਜਾਂ ਗ੍ਰਿਫਤਾਰ ਕਦੇ ਕਿਸੇ ਮੁਸਲਮਾਨ ਨੇ ਨਹੀਂ ਪਵਾਇਆ, ਕਦੇ ਕਿਸੇ ਹਿੰਦੂ ਨੇ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਵਾਇਆ। ਫਿਰ ਕਰਵਾਉਂਦਾ ਕੌਣ ਹੈ? ਸਾਡੇ ਆਪਣੇ। ਕੋਠੀ ਗਿਆ,
ਜਾ ਕੇ ਕਹਿਣ ਲੱਗਾ ਐਸ ਪੀ ਸਾਹਿਬ ਰੋਜ਼ ਕਹਿੰਦਾ ਕਿ ਜੇ ਮੈਂ ਕਿਤੇ ਸੰਘਾ ਸਾਹਿਬ ਨੂੰ ਫੜਾਂ ਤੇ ਮੈਂ ਐਸ ਐਸ ਪੀ ਬਣ ਜਾਵਾਂਗਾ। ਹੁਣ ਜੇ ਸੰਘਾ ਸਾਹਿਬ ਨੂੰ ਫੜਨਾ ਤੇ ਮੈਂ ਪੂਰੀ ਰਿਪੋਰਟ ਲੈ ਕੇ ਆਇਆ ਹਾਂ ਕਿ ਇਸ ਵੇਲੇ ਸੰਘਾ ਸਾਹਿਬ ਆਪਣੇ ਸਾਥੀਆਂ ਸਮੇਤ ਪਿੰਡ ਮੂਸਿਆਂ ਦੇ ਵਿੱਚ ਆਕੀ ਹੋਇਆ ਬੈਠਾ। ਪਰ ਇਹ ਕਹਿਣ ਲੱਗਾ ਐਸ ਪੀ ਆਪਰੇਸ਼ਨ, ਆਂਦਾ ਤੇਰੀ ਰਿਪੋਰਟ ਠੀਕ ਹੈ ਮੇਰੇ ਕੋਲ ਪਹੁੰਚ ਚੁੱਕੀ ਹੈ, ਪਰ ਹੁਣ ਰਾਤ ਪੈ ਗਈ ਹੈ, ਹਨੇਰਾ ਹੋ ਗਿਆ, ਸ਼ੇਰ ਦੇ ਘੁੰਨੇ ਵਿੱਚ ਜਾ ਕੇ ਕਦੇ ਆਪ ਹੱਥ ਨਹੀਂ ਪਾਉਣਾ ਚਾਹੀਦਾ। ਇਸ ਵਾਸਤੇ ਆਪਾਂ ਉੱਥੇ ਬਚ ਕੇ ਇੱਕ ਨਹੀਂ ਆ ਸਕਦੇ। ਸੁਬਹ ਚੱਲਾਂਗੇ, ਸਿੰਘ ਸੁੱਤੇ ਹੋਣਗੇ, ਆਪਾਂ ਜਾ ਕੇ ਉਹਨਾਂ ਸਿੰਘਾਂ ਨੂੰ ਫੜ ਲਵਾਂਗੇ। ਹੁਣ ਮੇਰੇ ਕੋਲ ਦੋ ਅਪਰਾਧੀ ਫੜੇ ਨੇ ਬੜੇ ਵੱਡੇ, ਉਹ ਕੌਣ ਨੇ? ਚਰਤ ਸਿੰਘ ਤੇ ਮਹਿਰ ਸਿੰਘ। ਮੈਂ ਰਾਤ ਉਹਨਾਂ ਨੂੰ ਮਾਰ ਲਵਾਂ ਤੇ ਸੁਬਹ ਜਾ ਕੇ ਸੰਘਾ ਸਾਹਿਬ ਨੂੰ ਤੇ ਉਹਨਾਂ ਸਾਥੀ ਨੂੰ ਫੜ ਲਵਾਂਗਾ। ਅਗਲਾ ਦਿਨ ਚੜਿਆ 24 ਜੂਨ ਨੂੰ ਇਹਨੇ ਭਰ ਕੇ ਸੀਆਰਪੀ ਦੀਆਂ ਗੱਡੀਆਂ ਭਰੀਆਂ ਤੇ ਤੋੜ ਦਿੱਤੀਆਂ ਪਿੰਡ ਮੂਸਿਆਂ ਨੂੰ। ਪੰਜਾਬ ਪੁਲਿਸ ਸਾਰੇ ਪਿੰਡ ਨੂੰ ਚਾਰ ਸਿਰੋਂ ਜਾ ਕੇ ਪਾ ਲਿਆ ਘੇਰਾ। 24 ਜੂਨ 93 ਦੀ ਪਿਛਲੇ ਸਾਲ ਦੀ ਗੱਲ ਹੈ, ਚਾਰ ਸਿਰੋਂ ਨਾਕਾਬੰਦੀ ਹੋ ਗਈ, ਘੇਰਾ ਪੈ ਗਿਆ। ਅੰਦਰ 5 ਸਿੰਘ ਇਸ ਪਿੰਡ ਦੇ ਵਿੱਚ ਬੈਠੇ ਸਨ, ਉਹ ਕੌਣ ਸਨ? ਉਹਨਾਂ ਦੀ ਅਗਵਾਈ ਕਰ ਰਿਹਾ ਰਿਸ਼ਪਾਲ ਸਿੰਘ ਖੁੱਕ, ਇਹਦਾ ਪਿੰਡ ਹੈ ਨਾਰਲਾ, ਕੁਲਵੰਤ ਸਿੰਘ ਕੰਤਾ, ਇਹਦਾ ਪਿੰਡ ਹੈ ਭੂਰਾ ਕੋਨਾ, ਕੁਲਵੰਤ ਸਿੰਘ ਕਾਲਾ, ਇਹਦਾ ਪਿੰਡ ਹੈ ਸੈਫਲਾਬਾਦ, ਜ਼ਿਲ੍ਹਾ ਕਪੂਰਥਲਾ, ਬਲਵਿੰਦਰ ਸਿੰਘ ਬਿੰਦਾ, ਇਹਦਾ ਪਿੰਡ ਹੈ ਧਰਕਾ, ਇਹਦੇ ਨਾਨਕੇ ਨੇ ਬ੍ਰਹਮਪੁਰੇ, ਤੇ 5ਵਾਂ ਮਨਜਿੰਦਰ ਸਿੰਘ ਉਰਫ ਨਾਨਕ ਸਿੰਘ, ਜਿਹਦਾ ਪਿੰਡ ਹੈ ਜੋ ਜੋ ਰਾਜੂ ਸਿੰਘ ਵਾਲੇ। ਇਹ 5 ਸਿੰਘ ਬੈਠੇ ਸਨ, ਸੁਬਹਾ 7 ਵਜੇ ਉੱਠੇ, ਇਹਨਾਂ ਨੇ ਕੀਤਾ ਸੀ ਪਹਿਲਾਂ ਨਿਤਨੇਮ ਕੀਤਾ, ਜਲ ਪਾਣੀ ਛਕਿਆ, 7 ਵਜੇ ਨੂੰ 4 ਸਿੰਘ ਘੇਰਾ ਪੈ ਚੁੱਕਾ ਸੀ। ਯੋਧਿਆਂ ਨੇ ਵੇਖਿਆ ਕਿ ਹੁਣ ਕੀ ਕਰਨਾ ਚਾਹੀਦਾ ਹੈ। ਸੂਰਾ ਨੇ ਅਰਦਾਸ ਕੀਤੀ, ਅਰਦਾਸ ਤੋਂ ਉਪਰੰਤ ਦੋਹਰੇ ਪੜ੍ਹਨੇ ਸ਼ੁਰੂ ਕੀਤੇ। ਸੂਰਾ ਸੋ ਪਹਿਚਾਨੀਆਂ ਜੋ ਲੜਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਐਸ ਪੀ ਆਪਰੇਸ਼ਨ ਅਵਤਾਰ ਸਿੰਘ ਛਿੱਛੜ ਔਰ ਉਹਦੇ ਸਾਥੀਆਂ ਨੇ ਜਦੋਂ ਗੋਲੀਆਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ, ਇੱਧਰ 5 ਸੂਰਮਿਆਂ ਨੇ ਲੈ ਕੇ ਪੁਜੀਸ਼ਨਾਂ ਲੈ ਕੇ ਸੰਭਾਲ ਕੇ ਤਿਆਰ। ਯੋਧਿਆਂ ਨੇ ਆਉਣੀ ਫੋਰਸ ਦਾ ਜਿਵੇਂ ਮੁਕਾਬਲਾ ਕੀਤਾ, ਸੁਬਹਾ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਸਰਕਾਰੀ ਬੰਦਿਆਂ ਦੀਆਂ ਜਿਵੇਂ ਪੱਗੀਆਂ ਚੁਕਾਈਆਂ, 10 ਘੰਟੇ ਦੇ ਮੁਕਾਬਲਾ ਕੀਤਾ। ਹੇ ਇਹੋ ਬਿਆਨ ਕੀਤਾ ਸੁਖਵਿੰਦਰ ਸਿੰਘ ਸੰਘਿਆ ਦਾ ਵੇਦੀ ਨੂੰ ਕੌਮ ਸੇ ਪਿਕਾਰ ਦੀ ਆ ਸਾਰੀ ਦੁਸ਼ਟਾਂ ਨੂੰ ਸੋਧਣੇ ਦੀ ਆ ਜਾਵਾ ਹਰ ਸਮੇਂ ਰੱਖਦਾ ਸੀ ਪਿਆਰੀ ਜਮਾਰ ਸਿੰਘ ਕੋ ਕਸੂਆ ਮਾਇਆ ਜਲੇ ਮੌਤ ਨਾ ਪਈ ਤੇ ਪਾਈ ਸੰਘੇ ਦਿਆ 5 ਸਾਥੀ ਆਇਆ ਮੂਸੇ ਪਿੰਡ ਚ ਸ਼ਹੀਦ ਦੀ ਪਾਈ ਸੁਖਵਿੰਦਰ ਸਿੰਘ ਸੰਘਿਆ ਕੌਮ ਸਤਿਕਾਰ ਵੀ ਐਸ
ਪੂਰੇ ਕੁਮੇ ਵਾਸੀ ਮਾਤ ਨੂੰ ਮਜ਼ਾਕਾ ਕਰਵਾ ਮਜ਼ਾਕਾ ਕਰਵਾ ਮਾਤ ਨੂੰ ਮਜ਼ਾਕਾ ਕਰਦਾ ਵੀ ਹੋਵੇ ਚਿਹਰੇ ਉੱਤੇ ਆਈ ਨਹੀਂ ਉਦਾਸੀ ਸਾਡੇ
ਸ਼ਹੀਦਾਂ